ਰਿਸਪेक्टेड ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ ਅੱਜ ਮੈਂ ਤੁਹਾਡੇ ਨਾਲ 12th EVS ਜੋ ਵਾਤਾਵਰਨ ਸਿੱਖਿਆ ਹੈ ਉਸ ਦਾ ਲੈਸਨ ਨੰਬਰ 4 ਵਾਤਾਵਰਣੀ ਪ੍ਰਬੰਧਨ 1 এনवायरमेंट ਮੈਨੇਜਮੈਂਟ ਆਫ 1 ਦੇ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਹਾਂ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਹਾਂਜੀ ਅਭਿਆਸ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ অক্সਫੋਰਡ ਡਿਕਸ਼ਨਰੀ ਦੇ ਅਨੁਸਾਰ ਵਿਕਾਸ ਦਾ ਅਰਥ ਵਾਧਾ ਜਾਂ ਪ੍ਰਗਤੀ ਜਾਂ ਅੱਗੇ ਵਧਣਾ ਹੈ ਪਰੰਪਰਾਗਤ ਤੌਰ ਤੇ ਜਿਹੜਾ ਦੇਸ਼ ਟੈਕਨੋਲੋਜੀ ਪੱਖੋਂ ਅੱਗੇ ਹੈ ਅਤੇ ਜਿੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੈ ਉਸ ਦੇਸ਼ ਨੂੰ ਵਿਕਸਤ ਦੇਸ਼ ਆਖਦੇ ਹਨ। ਅਧਿਕਤਰ ਮਾਮਲਿਆਂ ਵਿੱਚ ਜਿਨ੍ਹਾਂ ਦੇਸ਼ਾਂ ਦਾ ਕੁੱਲ ਘਰੇਲੂ ਉਤਪਾਦ ਪੀਜੀਡੀਪੀ ਜਾਂ ਕੁੱਲ ਰਾਸ਼ਟਰੀ ਉਤਪਾਦ ਗਰੋ ਨੈਸ਼ਨਲ ਪ੍ਰੋਡਕਟ ਉੱਚਾ ਹੈ ਉਹ ਦੇਸ਼ ਵਿਕਸਤ ਦੇਸ਼ ਅਖਵਾਉਂਦੇ ਹਨ। ਜਿਹੜੇ ਦੇਸ਼ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਕਰਨ ਦੇ ਵਾਸਤੇ ਅਜਿਹਾ ਵਿਕਾਸ ਪ੍ਰਾਪਤ ਕਰਨ ਵਿੱਚ ਰੁਝੇ ਹੋਏ ਹਨ ਉਹਨਾਂ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ ਆਖਦੇ ਹਨ ਜਿਵੇਂ ਕਿ ਬੇਟੇ ਭਾਰਤ ਜੋ ਹੈ ਉਹ ਇੱਕ ਵਿਕਾਸਸ਼ੀਲ ਦੇਸ਼ ਵਜੋਂ ਜਾਣਿਆ ਜਾਣ ਲੱਗਾ ਹੈ ਹਾਂਜੀ ਪ੍ਰਸ਼ਨ ਨੰਬਰ 2 ਵਿਕਾਸ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜਾਂ ਕੀ ਵਿਕਾਸ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਜੀ ਹਾਂ ਤਾਂ ਕਿਵੇਂ ਇਸ ਦਾ ਉੱਤਰ ਹੈ ਹਾਂ ਵਿਕਾਸ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਵਿਕਾਸ ਦੇ ਲਈ ਅਸੀਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਹਾਂ ਅਸੀਂ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰਦੇ ਹਾਂ ਅਤੇ ਅਸੀਂ ਵਾਤਾਵਰਨ ਵਿੱਚ ਪ੍ਰਦੂਸ਼ਣ ਫਲਾਉਂਦੇ ਹਾਂ ਵਿਕਾਸ ਦੇ ਕਾਰਨ ਕੁਦਰਤੀ ਸਾਧਨਾਂ ਦਾ ਪਤਨ ਹੁੰਦਾ ਹੈ ਵਿਕਾਸ ਕਾਰਨ ਪੈਦਾ ਹੋਣ ਵਾਲੇ ਫੋਕਟ ਪਦਾਰਥ ਕੁਦਰਤ ਵਿੱਚ ਮੋੜ ਵਾਪਸ ਹੋ ਜਾਂਦੇ ਹਨ ਇਸੇ ਹੀ ਕਾਰਨ ਕਰਕੇ ਵਾਤਾਵਰਨ ਸਾਰੀਆਂ ਵਿਕਾਸ ਗਤੀਵਿਧੀਆਂ ਨੂੰ ਸਰੋਤ ਅਤੇ ਗ੍ਰਾਹੀ ਬਜੋ ਮੰਨੀਆਂ ਗਿਆ ਹੈ ਪ੍ਰਸ਼ਨ ਨੰਬਰ 3 ਵਾਤਾਵਰਣੀ ਪ੍ਰਦੂਸ਼ਣ ਤੋਂ ਕੀ ਭਾਵ ਹੈ ਉੱਤਰ ਹੈ ਮਨੁੱਖ ਜਾਤੀ ਅਤੇ ਵਾਤਾਵਰਨ ਵਿਚਾਲੇ ਦੀਆਂ ਆਪਸੀ ਅੰਤਰਕ੍ਰਿਆਵਾਂ ਅਤੇ ਇਹਨਾਂ ਅੰਤਰਕ੍ਰਿਆਵਾਂ ਦੁਆਰਾ ਵਾਤਾਵਰਨ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਵਾਤਾਵਰਣੀ ਪ੍ਰਬੰਧਨ ਆਖਦੇ ਹਨ ਇਸ ਪ੍ਰਬੰਧਨ ਵਿੱਚ ਜੀਵ ਭੌਤਿਕ ਵਾਤਾਵਰਨ ਦੇ ਜੀਵਤ ਅਤੇ ਅਜੇ ਨਿਰਜੀਵ ਦੋਵੇਂ ਹੀ ਸ਼ਾਮਲ ਹਨ ਇਹ ਸਭ ਕੁਝ ਸਾਰੀਆਂ ਜੀਵਤ ਜਾਤੀਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੇ ਆਪਸੀ ਸੰਬੰਧਾਂ ਦੇ ਕਾਰਨ ਬਣੇ ਜਾਲ ਦੇ ਕਾਰਨ ਕਰਕੇ ਹੈ ਵਾਤਾਵਰਨ ਵਿੱਚ ਮਨੁੱਖੀ ਵਾਤਾਵਰਨ ਦੀ ਹਿੱਸੇਦਾਰੀ ਰੱਖਦੇ ਹਨ ਇਸ ਹਿੱਸੇਦਾਰੀ ਵਿੱਚ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਵਾਤਾਵਰਨ ਦੇ ਨਾਲ-ਨਾਲ ਭੌਤਿਕ ਵਾਤਾਵਰਨ ਵੀ ਸ਼ਾਮਲ ਹੈ ਇਹ ਪ੍ਰਸ਼ਨ ਨੰਬਰ 4 ਸਹਿਨ ਜੋਗ ਸਮਰੱਥਾ ਤੋਂ ਤੁਸੀਂ ਕੀ ਸਮਝਦੇ ਹੋ ਉੱਤਰ ਹੈ ਪ੍ਰਸਥਿਤੀਕ ਪ੍ਰਣਾਲੀ ਵਿੱਚ ਮੌਜੂਦ ਜਨਸੰਖਿਆ ਦਾ ਆਕਾਰ ਜਿਸ ਨੂੰ ਲੰਬੇ ਸਮੇਂ ਤੱਕ ਉਸ ਪ੍ਰਣਾਲੀ ਵਿੱਚ ਮੌਜੂਦ ਉਪਲਬਧ ਸਾਧਨਾ ਅਤੇ ਸੇਵਾਵਾਂ ਦੁਆਰਾ ਕਾਇਮ ਰੱਖੇ ਜਾਣ ਨੂੰ ਪ੍ਰਸਥਿਤੀਕ ਸਮਰੱਥਾ ਜਾਂ ਚੱਲਣ ਜੋ ਸਮਰੱਥਾ ਕਹਿੰਦੇ ਹਨ ਚਲ ਪ੍ਰਸ਼ਨ ਨੰਬਰ 5 ਵਾਤਾਵਰਨ ਦਾ ਪ੍ਰਬੰਧਨ ਕਿਉਂ ਜ਼ਰੂਰੀ ਹੈ ਉੱਤਰ ਅਸੀਂ ਸਾਰੇ ਜਾਣਦੇ ਹਾਂ ਕਿ ਮੁੱਖ ਸਮੱਸਿਆਵਾਂ ਖੇਤੀਬਾੜੀ ਕਾਰਜ ਵਿਧੀਆਂ ਉਦਯੋਗੀਕਰਨ ਸ਼ਹਿਰੀਕਰਨ ਜਨਸੰਖਿਆ ਵਿੱਚ ਵਾਧਾ ਅਤੇ ਰਹਿਣ ਸਹਿਣ ਦੇ ਤਰੀਕਿਆਂ ਦਾ ਨਤੀਜਾ ਹਨ ਸਾਨੂੰ ਇਹ ਵੀ ਜਾਣਕਾਰੀ ਹੈ ਕਿ ਇਹ ਵਾਤਾਵਰਣੀ ਪ੍ਰਬੰਧ ਵਿਕਾਸ ਦੇ ਨੁਕਤੇ ਤੋਂ ਅਤੇ ਸਾਡੇ ਜੀਵਨ ਦੀ ਪੱਧਰ ਅਤੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਵਾਧੇ ਵਾਸਤੇ ਜ਼ਰੂਰੀ ਹੈ ਇਸ ਕਰਕੇ ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਵਾਸਤੇ ਅਸੀਂ ਕਈ ਪ੍ਰਕਾਰ ਦੇ ਵਿਕਾਸ ਦੇ ਕੰਮਾਂ ਨੂੰ ਨਹੀਂ ਰੋਕ ਸਕਦੇ ਵਿਰਧੀ ਨਾਲ ਕਰਦਿਆਂ ਹੋਇਆਂ ਸਾਨੂੰ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣਾ ਪਵੇਗਾ ਹੁਣ ਆਪਾਂ ਬੇਟੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ ਅਜੇ ਪ੍ਰਸ਼ਨ ਨੰਬਰ 1 ਵਾਤਾਵਰਨ ਦੇ ਵਿਕਾਸ ਵਿੱਚ ਕੀ ਸਬੰਧ ਹੈ ਵਾਤਾਵਰਨ ਤੇ ਵਿਕਾਸ ਵਿੱਚ ਕੀ ਸਬੰਧ ਹੈ ਉੱਤਰ ਹੈ ਵਾਤਾਵਰਨ ਅਤੇ ਵਿਕਾਸ ਵਿੱਚ ਸਬੰਧ ਅਸੀਂ ਸਾਰੇ ਵਿਕਾਸ ਚਾਹੁੰਦੇ ਹਾਂ ਅਤੇ ਵਿਕਾਸ ਦੇ ਲਈ ਸਾਨੂੰ ਕੁਦਰਤੀ ਸਾਧਨਾਾਂ ਦੀ ਵਰਤੋਂ ਕਰਨੀ ਪੈਂਦੀ ਹੈ ਇਸ ਵਰਤੋਂ ਦੇ ਫਲ ਸरूप ਇੱਕ ਜਾਂ ਇੱਕ ਤੋਂ ਜ਼ਿਆਦਾ ਫੋਕੜ ਪਦਾਰਥਾਂ ਪੈਦਾ ਹੁੰਦੇ ਹਨ ਅਤੇ ਜਿਹੜੇ ਮੋੜ ਪ੍ਰਕਿਰਤੀ ਵਿੱਚ ਜਾ ਮਿਲਦੇ ਹਨ ਇਸ ਤਰ੍ਹਾਂ ਵਾਤਾਵਰਣ ਵਿਕਾਸ ਦੀਆਂ ਸਾਰੀ ਗਤੀਵਿਧੀਆਂ ਦੇ ਲਈ ਸਰੋਤ ਅਤੇ ਗ੍ਰਾਹੀ ਦੋਵਾਂ ਵੱਜੋਂ ਕਾਰਜ ਕਰਦਾ ਹੈ ਉਦਾਹਰਨ ਵਜੋਂ ਪਿੰਡਾਂ ਵਿਚਲੇ ਛੱਪੜ ਮੱਛੀਆਂ ਪਾਲਣ ਅਤੇ ਵੱਖ-ਵੱਖ ਅੰਮਾ ਲਈ ਸਰੋਤ ਵਜੋਂ ਕਾਰਜ ਕਰਦਿਆਂ ਹੋਇਆ ਪਿੰਡ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਖੇਤਾਂ ਦੇ ਰੋੜ ਕੇ ਆਏ ਪਾਣੀ ਨਾਲ ਖੇਤਾਂ ਵਿੱਚ ਆਉਣ ਵਾਲੇ ਵਾਧੂ ਫਰਟੀਲਾਈਜ਼ਰਸ ਅਤੇ ਕੀਟਨਾਸ਼ਕ ਦਵਾਈਆਂ ਦੇ ਗਰਾਹੀ ਵਜੋਂ ਵੀ ਕਾਰਜ ਕਰਦੇ ਹਨ ਧਰਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਾਤਾਵਰਣ ਅਤੇ ਵਿਕਾਸ ਵਿਚਾਲੇ ਦੇ ਰਿਸ਼ਤਿਆਂ ਬਾਰੇ ਕੋ ਕਰਨਾ ਜ਼ਰੂਰੀ ਹੈ ਕਿਉਂਕਿ ਵੱਡੇ ਵੱਡੇ ਆਕਾਰ ਅਤੇ ਪ੍ਰੋਜੈਕਟਾਂ ਦੇ ਕਾਰਨ ਵਾਤਾਵਰਣ ਅਤੇ ਵਿਕਾਸ ਵਿੱਚ ਝਗੜੇ ਹੋ ਜਾਂਦੇ ਹਨ ਉਦਾਹਰਨ ਵਜੋਂ ਕੋਈ ਵੀ ਵਿਅਕਤੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਉਜੋਗਾ ਨੂੰ ਬਿਨਾਂ ਇਸ ਗੱਲ ਵੱਲ ਧਿਆਨ ਦਿੱਤੇ ਆ ਕਿ ਅਜਿਹਾ ਕਰਨ ਦੇ ਨਾਲ ਕੰਮ 'ਤੇ ਕੀ ਅਸਰ ਪਵੇਗਾ ਬੰਦ ਕਰਨ ਦੀ ਸਲਾਹ ਦਿੰਦੇ ਹਨ ਇਸੇ ਹੀ ਤਰ੍ਹਾਂ ਇਮਾਰਤੀ ਲੱਕੜ ਪ੍ਰਾਪਤ ਕਰਨ ਦੇ ਲਈ ਬੜਾ ਨੂੰ ਠੇਕੇ ਤੇ ਦੇ ਦਿੱਤਾ ਜਾਂਦਾ ਹੈ ਤਾਂ ਜੋ ਇਸ ਲੱਕੜੀ ਦਾ ਅਯਾਦ ਇਹ ਹਨਰ ਦਾ ਜਾਤ ਕੀਤਾ ਜਾ ਸਕੀ ਪਰ ਲੱਕੜ ਦੀ ਕਟਾਈ ਦੇ ਫਲਸਰੂਪ ਬਣਾ ਤੇ ਉਹਨਾਂ ਦੀ ਜੈਵਿਕ ਅਨੇਕ ਰੂਪਤਾ ਦੀ ਹਾਨੀ ਹੁੰਦੀ ਹੈ। ਪ੍ਰਸ਼ਨ ਨੰਬਰ 2 ਵਿਕਾਸ ਦਾ ਅੱਜ ਦਾ ਮਾਡਲ ਵਾਤਾਵਰਨ ਨੂੰ ਤਬਾਹ ਕਰ ਦੇਵੇਗਾ ਵਿਸਥਾਰ ਸਹਿਤ ਲਿਖੋ। ਉੱਤਰ ਅੱਜਕਲ ਮਨੁੱਖ ਆਪਣੇ ਆਪ ਨੂੰ ਇੱਕ ਵੱਖਰਾ ਉੱਤਮ ਵਜੂਦ ਵਜੋਂ ਮੰਨ ਰਿਹਾ ਹੈ ਜਿਸ ਵਿੱਚ ਸ਼ਕਤੀ, ਖੁਸ਼ਹਾਲੀ ਅਤੇ ਪ੍ਰਤਿਸ਼ਠਾ ਪ੍ਰਤੀਸ਼ਤ ਲਈ ਨਾ ਖਤਮ ਹੋਣ ਵਾਲੀ ਭੁੱਖ ਵੱਧ ਚੁੱਕੀ ਹੈ ਪ੍ਰਕਿਰਤੀ ਨਾਲ ਆਪਣੇ ਮਦਰ ਸਬੰਧਾਂ ਨੂੰ ਭੁਲਾਉਂਦਿਆਂ ਹੋਇਆ ਮਨੁੱਖ ਨੇ ਆਪਣੀ ਬੁੱਧੀ ਅਕਲ ਨੂੰ ਕੁਦਰਤ ਉੱਤੇ ਹਾਵੀ ਹੋਣ ਅਤੇ ਜਿੱਤ ਪ੍ਰਾਪਤ ਕਰਨ ਲਈ ਵਰਤਿਆ ਹੈ ਅਦਯੋਗੀਕਰਨ ਅਤੇ ਸ਼ਹਿਰੀਕਰਨ ਆਰਥਿਕਤਾ ਵਿਕਾਸ ਦੇ ਲਈ ਜ਼ਰੂਰੀ ਸੂਚਕ ਹਨ ਬਿਕਾਸ ਦਾ ਮੁਕੋਦੀਸ਼ ਕੇਵਲ ਵਸਤੂਆਂ ਦੇ ਵਿਕਾਸ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਜਾਤੀ ਦੇ ਵਿਕਾਸ ਬਲਕਿ ਉਹ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਤਕਨੋਲੋਜੀ ਅਤੇ ਪ੍ਰਸਤਿਤਿਕ ਵਿਗਿਆਨ ਵਿੱਚ ਵਿਗਿਆਨਿਕ ਦੂਸਰੇ ਨਾਲੋਂ ਲਗਭਗ ਅਲੱਗ ਹੀ ਹੋ ਗਏ ਹਨ। ਵਿਸ਼ਵ ਪਦਰਤ ਦੇ ਵਿਕਾਸ ਦੀਆਂ ਨੀਤੀਆਂ ਅਤੇ ਸਰਗਰਮੀਆਂ ਲਗਭਗ ਕੁਦਰਤ ਲਈ ਸ਼ੋਸ਼ਣੀ ਬਣ ਕੇ ਰਹਿ ਗਈਆਂ ਹਨ। ਇਸ ਦੇ ਕਾਰਨ ਪ੍ਰithvi ਉੱਤੇ ਮਨੁੱਖੀ ਜਾਤੀ ਦੀ ਹੋਂਦ ਲਈ ਖਤਰਾ ਪੈਦਾ ਹੋ ਗਿਆ ਹੈ। ਭੋਂ ਦਾ ਲਗਭਗ 50 ਪ੍ਰਤੀਸ਼ਤ ਭਾਗ ਅਪੜ ਦਿੱਤ ਹੋ ਚੁੱਕਿਆ ਹੈ। ਜਿਸ ਕਾਰਨ ਭੋਂ ਦੀ ਉਪਜਾਊ ਸ਼ਕਤੀ ਘਟ ਚੁੱਕੀ ਹੈ। ਵਿਸ਼ਵ ਭਰ ਦੀ ਜੈਵਿਕ ਵਿਭਿੰਨਤਾ ਤੇ ਪ੍ਰਸਤਿਤਿਕ ਪ੍ਰਣਾਲੀ ਨੂੰ ਪੂਜੇ ਨੁਕਸਾਨ ਨੂੰ ਅੰਕਤ ਨਹੀਂ ਕੀਤਾ ਜਾ ਸਕਦਾ। ਸਾਡੇ ਨਵਯੋਨਜਗ ਅਤੇ ਨਾਨਵਜੋਨ ਸਾਧਨਾ ਦਾ ਸਖਣੇ ਹੋਣ ਖਤਰਨਾਕ ਸੀਮਾ ਤੱਕ ਹੋ ਚੁੱਕਾ ਹੈ ਅੰਨੇਭਾ ਕਿਤੀਆ ਜਾਂਦੀਆਂ ਅਧਯੋਗੀ ਗਤੀਵਿਧੀਆਂ ਅਤੇ ਵੱਧ ਰਹੀ ਜਨਸੰਖਿਆ ਦੇ ਵਾਧੇ ਹੋ ਦਬਾਅ ਦੇ ਕਾਰਨ ਸਾਡੇ ਜਲਵਾਜੂ ਪਾਣੀ ਜ਼ਮੀਨ ਅਤੇ ਭੋਜਨ ਪ੍ਰਦੂਸ਼ਿਤ ਅਤੇ ਮਲੀਨ ਹੋ ਗਏ ਹਨ ਇਹ ਅਤੇ ਮਨੁੱਖ ਜਾਤੀ ਦੇ ਨਿਵਾਸ ਸਥਾਨ ਦਾ ਪਤਨ ਪਹਿਲਾ ਤੋਂ ਹੀ ਨਾ ਮੁੱਕਣ ਵਾਲੀਆਂ ਮਸੀਬਤਾਂ ਅਤੇ ਆਫਤਾਂ ਦੇ ਕਾਰਨ ਹਨ ਵਿਕਾਸ ਦਾ ਸਾਲੂ ਮਾਡਲ ਸਿਰਫ ਆਰਥਿਕ ਬਾਧੇ ਤੇ ਹੀ ਕੇਂਦਰਤ ਹੈ ਵਿਕਾਸ ਦਾ ਇਹ ਮਾਡਲ ਅੰਤ ਵਿੱਚ ਵਾਤਾਵਰਨ ਦੇ ਲਈ ਤਵਾਹੀ ਵਾਲਾ ਹੋਏਗਾ ਪ੍ਰਸ਼ਨ ਨੰਬਰ 3 ਧਰਤੀ ਮਾਤਾ ਦੀ ਇੱਜ਼ਤ ਕਰਨ ਦੇ ਲਈ ਤੁਸੀਂ ਕਿਹੜੇ ਸੋਚ ਅਪਣਾਓਗੇ ਉੱਤਰ ਧਰਤੀ ਮਾਤਾ ਦੀ ਇੱਜ਼ਤ ਲਈ ਇਹੜ ਲਿਕੇ ਸੋਚ ਜੋ ਅਪਣਾਈ ਜਾ ਸਕਦੇ ਹਨ ਨੰਬਰ 1 ਧਰਤੀ ਮਾਤਾ ਦੀ ਇੱਜ਼ਤ ਕਰਨਾ ਦੂਜਾ ਜੈਵਿਕ ਅਨੇਕ ਰੂਪਤਾ ਨੂੰ ਅਨੇਕ ਰੂਪਤਾ ਨੂੰ ਸੁਰੱਖਿਅਤ ਰੱਖਣਾ ਇਸ ਨੰਬਰ 3 ਵਾਤਾਵਰਨ ਨਾਲ ਸੰਬੰਧਿਤ ਸਾਰੇ ਦਿਨਾਂ ਨੂੰ ਮਨਾਉਣਾ ਮਨੁੱਖੀ ਜਨਸੰਖਿਆ ਨੂੰ ਸੀਮਿਤ ਕਰਨਾ ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ ਵਾਤਾਵਰਨ ਨਾਲ ਸੰਬੰਧਿਤ ਫਰਜ਼ਾਂ ਅਤੇ ਹੱਕਾਂ ਨੂੰ ਸਮਝਣਾ ਗ੍ਰਾਹੀ ਸੀਮਾ ਵਿੱਚ ਸਵਾਲ ਨੰਬਰ 4 ਵਾਤਾਵਰਨ ਦੇ ਪ੍ਰਬੰਧਨ ਅਤੇ ਤਕਨੀਕਾਂ ਵਿੱਚ ਕਿਵੇਂ ਸਹਾਇੀ ਹੋ ਸਕਦੀਆਂ ਹਨ ਇਹ ਪ੍ਰਸ਼ਨ ਜੀ ਵਾਤਾਵਰਨ ਦੇ ਪ੍ਰਬੰਧਨ ਲਈ ਤਕਨੀਕਾਂ ਕਿਵੇਂ ਸਹਾਇ ਹੋ ਸਕਦੀਆਂ ਹਨ ਉੱਤਰ ਹੈ ਕਾਇਮ ਰਹਿਣ ਦੇ ਵਾਸਤੇ ਨਵੀਆਂ ਕਾਢਾਂ ਕੱਢਣੀਆਂ ਅਤੇ ਆਵਾਸ ਸਨੇਹੀ ਤਕਨੀਕਾਂ ਨੂੰ ਅਪਣਾਉਣ ਦੀ ਸਮੇਂ ਦੀ ਜ਼ਰੂਰਤ ਹੈ। ਤਕਨਾਲੋਜੀ ਪੱਖ ਵਿੱਚ ਉਹ ਸਾਰੀਆਂ ਤਕਨੀਕਾਂ ਪ੍ਰਗਤੀਆਂ ਸ਼ਾਮਲ ਹਨ ਜਿਹੜੀਆਂ ਵਾਤਾਵਰਨ ਦੇ ਪ੍ਰਬੰਧਨ ਵਿੱਚ ਸਹਾਇ ਹੋਣ। ਵਾਤਾਵਰਣ ਦੇ ਪ੍ਰਬੰਧਨ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਟੀਚਿਆਂ ਵਿੱਚ ਸ਼ਾਮਲ ਹਨ ਨੰਬਰ 1 ਮਨੁੱਖ ਦੁਆਰਾ ਪੈਦਾ ਕੀਤੇ ਗਏ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਇਸ ਦੀ ਸਫਾਈ ਇਸ ਉਦੇਸ਼ ਨਾਲ ਕਰਨਾ ਕਿ ਭਵਿੱਖ ਦਾ ਟੀਚਾ ਜ਼ੀਰੋ ਹੋਵੇ ਨੰਬਰ 2 ਨਾ ਨਵਿਉਣਜੋਗ ਸਾਧਨਾਂ ਦੀ ਸਮਾਜਿਕ ਖਪਤ ਨੂੰ ਘਟਾਉਣਾ ਨੰਬਰ 3 ਗ੍ਰੀਨ ਹਾਊਸ ਪ੍ਰਭਾਵ ਅਤੇ ਵਿਸ਼ਵ ਤਾਪਮਾਨ ਨੂੰ ਸਿੱਜਣ ਦੇ ਲਈ ਘੱਟ ਕਾਰਬਨ ਦੀ ਮਾਤਰਾ ਜਾਂ ਨਾ ਨਵਿਉ ਜੋ ਊਰਜਾ ਦੇ ਬਦਲਦਾ ਵਿਕਾਸ ਕਰਨਾ ਨੰਬਰ 4 ਪਾਣੀ ਭੌਂ ਅਤੇ ਹਵਾ ਵਰਗੇ ਸਾਧਨਾਂ ਦਾ ਸੁਰੱਖਿਆਣ ਅਤੇ ਜਿਆਦਾ ਸਮੇਂ ਤੱਕ ਕਾਇਮ ਰਹਿਣ ਦੇ ਲਈ ਇਹਨਾਂ ਦੀ ਵਰਤੋਂ ਕਰਨਾ ਨੰਬਰ 5 ਨਮੂਨੇ ਦੇ ਜਾਂ ਬਚਿੱਤਰ ਜਾਂ ਆਧਿਕਾਲੀਨ ਆਵਾਸ ਪ੍ਰਣਾਲੀ ਦੀ ਰਵਾਇਤ ਹਿਫਾਜ਼ਿਤ ਨੰਬਰ 6 ਸੰਕਟ ਜਾਂ ਖਤਰੇ ਵਿਚਲੀਆਂ ਜਾਤੀਆਂ ਦਾ ਆਵਾਸ ਪਰਨਾਲੀਆਂ ਨੂੰ ਲੁਪਤ ਹੋਣ ਤੋਂ ਬਚਾਉਣਾ ਹਾਂਜੀ ਨੰਬਰ 7 ਅਜੇਹ ਜੈਵਿਕ ਅਨੇਕ ਰੂਪਤਾ ਜੀਵ ਭਿੰਨਤਾ ਅਤੇ ਆਵਾਜ਼ ਪ੍ਰਣਾਲੀਆਂ ਜਿਨ੍ਹਾਂ ਉੱਪਰ ਧਰਤੀ ਉੱਤੇ ਮੌਜੂਦ ਸਮੁੱਚੀ ਮਲੁਖ ਜਾਤੀ ਅਤੇ ਦੂਸਰੇ ਸਾਰੇ ਸજીਵਾਂ ਦੀ ਜ਼ਿੰਦਗੀ ਨਿਰਭਰ ਕਰਦੀ ਹੈ ਦੇ ਬਚਾਅ ਲਈ ਪ੍ਰਕਿਰਤਕ ਅਤੇ ਜੀਵ ਮੰਡਲ ਸੁਰੱਖਿਆ ਸਥਾਨਾਂ ਨੂੰ ਸਥਾਪਿਤ ਕਰਨਾ ਨੰਬਰ 8 ਓਜ਼ੋਨ ਨੂੰ ਸਖਿਓ ਸਖਣ ਸਖਣਿਓਨ ਪਬ ਡਿਪਲੀਸ਼ਨ ਪਬ ਅਲੋਪ ਹੋਣਾ ਤੋਂ ਬਚਾਉਣ ਦੇ ਮੰਤਬ ਨਾਲ ਨਾਨਕ ক্লোਰੋਫਲੋਰੋ ਕਾਰਬਨ ਟੈਕਨੋਲੋਜੀ ਉਤੇ ਨਿਯੰਤਰਣ ਰੱਖਣਾ ਪ੍ਰਸ਼ਨ ਨੰਬਰ 5 ਵਾਤਾਵਰਣ ਪ੍ਰਬੰਧਨ ਦੇ ਸਵਾਜਿਕ ਪਹਿਲੂ ਕੀ ਹਨ ਵਿਸਥਾਰ ਪੂਰਵਕ ਲਿਖੋ ਉੱਤਰ ਆ ਇਸ ਦੇ ਟੀਚੇ ਲਿਖੇ ਹਨ ਅੱਗੇ ਹੈ ਮਹਿਫੂਜ਼ ਭਪਿੰਤਾ ਟਿਕਾਊ ਯੋਗਤਾ ਕੇਵਲ ਵਾਤਾਵਰਣੀ ਸੰਪਦਾ ਦੀ ਸੁਰੱਖਿਆ ਨਾਲ ਹੀ ਸੰਬੰਧਿਤ ਨਹੀਂ ਹੈ ਬਲਕਿ ਇਸ ਦਾ ਰਿਸ਼ਤਾ ਸਮਾਜਿਕ ਅਤੇ ਸੱਭਿਆਚਾਰਕ ਸੰਪਦਾ ਨਾਲ ਵੀ ਹੈ ਵਿਸ਼ਵ ਵਿਆਪੀ ਸੱਭਿਆਚਾਰਕ ਪਛਾਣਾਂ ਧਰਮ ਅਤੇ ਰਹਿਣ ਸਹਿਣ ਦੇ ਤਰੀਕੇ ਇਸ ਸਮੇਂ ਖਤਰੇ ਵਿੱਚ ਹਨ ਮਨੁੱਖੀ ਲੋੜਾਂ ਨੂੰ ਪੂਰਿਆ ਕਰਨਾ ਵਿਕਾਸ ਕਰ ਰਹੇ ਦੇਸ਼ਾਂ ਦੇ ਜ਼ਿਆਦਾ ਰਿਸ਼ਿਆਂ ਵਿੱਚ ਅਤੇ ਵਿਕਸਿਤ ਹੋਏ ਦੇਸ਼ਾਂ ਦੇ ਛੋਟੇ-ਛੋਟੇ ਖੰਡਾਂ ਵਿੱਚ ਭੋਜਨ ਪਨਾਹ ਸਿਹਤ ਦੀ ਦੇਖਭਾਲ ਅਤੇ ਸਿੱਖਿਆ ਆਦਿਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਗਰੀਬੀ ਰੇਖਾ ਜਿੱਥੇ ਕਿਤੇ ਵੀ ਇਹ ਹੈ ਨਾ ਕਾਇਮ ਰਹਿਣ ਯੋਗਤਾ ਅਜੇ ਤੱਕ ਬੁਨਿਆਦੀ ਸਰੋਤ ਹੈ ਕਾਇਮ ਰਹਿਣ ਯੋਗਤਾ ਆਧਾਰਤ ਮੁੱਢਲੀਆਂ ਲੋੜਾਂ ਦੀ ਪੂਰਤੀ ਅਤੇ ਗਰੀਬੀ ਨਾਲ ਸਿੱਜਣ ਤੋਂ ਹੈ ਇਸ ਟੀਚੇ ਦੀ ਪ੍ਰਾਪਤੀ ਦੇ ਲਈ ਸਾਨੂੰ ਲੋੜਵੰਦਾ ਨਾਲ ਸਹਿਯੋਗ ਕਰਨ ਦੇ ਇਲਾਵਾ ਅਜੇ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਮਾੜੀ ਹਾਲਤ ਸਮਾਨਤਾ ਇਹ ਸੋਚਣਾ ਕਿ ਇਹ ਸੁਸਾਇਟੀ ਜਿਸ ਵਿੱਚ ਭਾਰੀ ਨਾ ਬਰਾਬਰੀ ਹੈ ਕਾਇਮ ਰਹਿਣ ਯੋਗ ਹੋ ਸਕਦੀ ਹੈ ਇਸੇ ਹੀ ਤਰ੍ਹਾਂ ਕਾਇਮ ਰਹਿਣ ਯੋਗਤਾ ਅਧਾਰਤ ਗਰੀਬੀ ਅਤੇ ਅਮੀਰੀ ਵਿਚਲੇ ਪਾੜੇ ਨੂੰ ਭਰ ਕੇ ਅਤੇ ਦੇਸ਼ਾਂ ਵਿਚਲੀ ਮਾਲੀ ਹਾਲਤ ਨੂੰ ਸੁਧਾਰਨ ਅਤੇ ਇਹ ਸਮਾਨਤਾ ਲਿਆਉਣ ਤੋਂ ਹੈ ਮੌਕੇ ਤੱਕ ਪਹੁੰਚ ਸਮਾਨਤਾ ਦਾ ਅਰਥ ਕੇਵਲ ਨਿਕਲਣ ਵਾਲੇ ਨਤੀਜਿਆਂ ਤੱਕ ਹੀ ਸੀਮਤ ਨਹੀਂ ਹੈ ਇਸ ਦਾ ਅਰਥ ਮੌਕਿਆਂ ਤੱਕ ਪੁੱਜਣ ਦਾ ਹੈ ਮੌਕਿਆਂ ਵਿੱਚ ਆਸਮਾਨਤਾਵਾਂ ਸਿੱਖਣ ਟ੍ਰੇਨਿੰਗ ਪੂੰਜੀ ਦੀ ਉਪਲਬਧੀ ਜਾਂ ਵਿੱਤੀ ਸਹਾਇਤਾ ਆਧਾਰਤ ਸਰਜਨਾ ਅਤੀਤਕ ਨਾਲ ਉਹ ਜੀ ਜਾਣਕਾਰੀ ਦੇ ਕਾਰਨ ਹਨ ਰੁਜ਼ਗਾਰ ਰੁਜ਼ਗਾਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਰੁਜ਼ਗਾਰ ਸਮੇਂ ਅਪਣਾਈ ਜਾਂਦੀ ਪਹੁੰਚ ਸੰਪੂਰਨ ਅਤੇ ਜੋਗ ਹੋਣ ਦੀ ਜ਼ਰੂਰਤ ਹੈ ਇਸ ਦਾ ਅਰਥ ਉਮਰ ਭਰ ਲਈ ਇੱਕੋ ਹੀ ਨੌਕਰੀ ਤੇ ਇੱਕੋ ਟਿਕੇ ਰਹਿਣ ਤੋਂ ਨਹੀਂ ਹੈ ਸੋ ਇਸ ਦਾ ਭਾਵ ਚਿਰਕਾਲੀ ਅਤੇ ਲੰਮੇ ਸਮੇਂ ਦੀ ਬੇਰੁਜ਼ਗਾਰੀ ਨੂੰ ਖਦਮ ਕਰਨ ਤੋਂ ਹੈ ਟਿਕਾਊ ਕਾਇਮ ਰਹਿਣ ਜੋ ਖਪਤ ਖਪਤ ਦੇ ਤਰੀਕਿਆਂ ਨੂੰ ਸਿੱਧੇ ਤੌਰ ਤੇ ਜੀਵਨ ਦੀ ਕਿਸਮ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ ਨਾ ਕਿ ਜੀਉਣ ਦੇ ਸਟੈਂਡਰਡ ਦੀ ਪਿਛਲੇ ਦੋ ਦਹਾਕਿਆਂ ਵਿੱਚ ਕਈ ਵਿਕਸਤ ਦੇਸ਼ਾਂ ਦੀ ਆਰਥਿਕ ਵਾਧੇ ਅਤੇ ਲੋਕਾਂ ਦੇ ਜੀਉਣ ਦਾ ਸਟੈਂਡਰਡ ਜਾਂ ਸਥਿਰ ਰਿਹਾ ਹੈ ਜਾਂ ਇਸ ਵਿੱਚ ਨਿਘਾਰ ਆਇਆ ਹੈ ਭਾਵੇਂ ਕਿ ਉਪਰ ਹੀ ਸ਼੍ਰੈਣੀ ਤੇ 10-20 ਪ੍ਰਸ਼ਾਦ ਲੋਕ ਹਰ ਪੱਖ ਤੋਂ ਬਹੁਤ ਚੰਗੀ ਹਾਲਤ ਵਿੱਚ ਹਨ ਟਿਕਾਊ ਖਪਤ ਨੂੰ ਲੋਕਾਂ ਦੀਆਂ ਭੋਜਨ ਆਵਾਸਤ ਟਰਾਂਸਪੋਰਟ ਸਿੱਖਿਆ ਮਨਪ੍ਰਚਾਵਾ ਅਤੇ ਪੂਰਨ ਤਸੱਲੀ ਦੇ ਲਈ ਸਿੱਖਿਆ ਹਾਊਸਿੰਗ ਟਰਾਂਸਪੋਰਟ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਧਿਆਨ ਰੱਖਣਾ ਹੋਵੇਗਾ ਇਸਤਰੀ ਸ਼ਕਤੀ ਨੂੰ ਉਦਖਤਰ ਕਰਨਾ ਭਾਵ ਵਿਮਨ ਇੰਪਾਵਰਮੈਂਟ ਕੁਦਰਤੀ ਸਾਧਨਾਂ ਦੇ ਪ੍ਰਬੰਧ ਵਿੱਚ ਇਸਤਰੀਆਂ ਵੱਲੋਂ ਉਮੀਗਾਂ ਨਵਾਉਣੀ ਅਤੀ ਜ਼ਰੂਰੀ ਹੈ ਇਸਤਰੀਆਂ ਨੂੰ ਕੁਦਰਤੀ ਸਾਧਨਾ ਦੇ ਪਤਨ ਕਾਰਨ ਪੈਦਾ ਹੋਈਆਂ ਕਟੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਹਨਾਂ ਸਾਧਨਾ ਉੱਤੇ ਇਸਤਰੀਆਂ ਦਾ ਕੋਈ ਕੰਟਰੋਲ ਨਹੀਂ ਹੈ ਇਸਤਰੀਆਂ ਨੂੰ ਅਧਿਕਾਰਤ ਕਰਨ ਵਾਲੀ ਰਾਸ਼ਟਰੀ ਪਾਲਿਸੀ ਫਾਰ ਦ ਇੰਪਾਵਰਮੈਂਟ ਆਫ ਔਮਨ ਵਿੱਚ ਇਸ ਸਬੰਧੀ ਲਿਖੀਆਂ ਗਈਆਂ ਟੁਕਮੀਆਂ ਧਾਰਾਵਾਂ ਅਨੁਸਾਰ ਸਜਾਈਆਂ ਗਈਆਂ ਕ੍ਰਿਆਵਾਂ ਨੂੰ ਸ਼ਾਮਲ ਕਰਨ ਦਾ ਤਾਜਾ ਦਿੱਤਾ ਹੋਇਆ ਹੈ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਰਾਸ਼ਟਰੀ ਸਾਧਨਾਂ ਜਿਵੇਂ ਕਿ ਪਥਰਾਟੀ ਇੰਦਣ ਖਣਿਜ ਪੈਦਾ ਪਦਾਰਥਾਂ ਦੇ ਸਾਧਨ ਅਤੇ ਭੂਮੀ ਦੀ ਸੀਮਤ ਵਰਤੋਂ ਕਰਨ ਨਾਲ ਇਹਨਾਂ ਕੁਦਰਤੀ ਸਾਧਨਾਂ ਦੇ ਲੋਪਤ ਹੋਣ ਦੀ ਦਰ ਨੂੰ ਘਟ ਕਰਨ ਦੇ ਨਾਲ ਅਤੇ ਇਹਨਾਂ ਦੇ ਵਿਕਲਪਾਂ ਦੀ ਖੋਜ ਕਰਕੇ ਨਵਯੋਜਕ ਸਾਧਨ ਜਿਵੇਂ ਕਿ ਬਣ ਅਤੇ ਦੂਜੇ ਜੀਵਜ ਪੁੰਜ ਅਤੇ ਉਤਪਾਦਨ ਪ੍ਰਣਾਲੀਆਂ ਦਾ ਟਿਕਾਊ ਉਧਾਰ ਤੇ ਪ੍ਰਬੰਧ ਕਰਕੇ ਮਨੁੱਖ ਜਾਤੀ ਦੀਆਂ ਗਤੀਵਿਧੀਆਂ ਦੇ ਕਾਰਨ ਪੌਦਿਆਂ ਅਤੇ ਪ੍ਰਾਣੀਆਂ ਨੂੰ ਲੁਪਤ ਹੋਣ ਤੋਂ ਬਚਾਉਣ ਦੇ ਲਈ ਅਤੇ ਰਾਸਤੇ ਦੀ ਭਾਲ ਕਰਨ ਦੀ ਲੋੜ ਹੈ। ਸੋ ਪਿਆਰੇ ਵਿਦਿਆਰਥੀਓ ਇਹ ਤੁਹਾਡੇ ਨਾਲ ਵਾਤਾਵਰਨ ਸਿੱਖਿਆ ਦਾ 4th ਲੈਸਨ ਸਾਂਝਾ ਕੀਤਾ ਹੈ ਤੇ 1-2 ਦਿਨ ਦੇ ਵਿੱਚ ਵਿੱਚ ਤੁਹਾਡੇ ਨਾਲ ਪੰਜਵਾਂ ਛੇਵਾਂ ਲੈਸਨ ਵੀ ਸਾਂਝਾ ਕਰ ਦੇਵਾਂਗਾ ਇਸ ਲਈ ਜਿਹੜੇ ਬੱਚਿਆਂ ਨੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰਨਾ ਹੈ ਤੇ ਬਾਕੀ ਆਪਣੇ ਸਾਥੀਆਂ ਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸੈਂਡ ਵੀ ਕਰਨਾ ਹੈ ਤਾਂ ਕਿ ਉਹ ਵੀ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਥੈਂਕ ਯੂ